ਸਰ ਮੇਰਾ 168th ਰੈਂਕ ਆਇਆ ਹੈਗਾ UPSC ਸਿਵਲ ਸਰਵਿਸ ਐਗਜ਼ਾਮ ਵਿੱਚ। ਇਹ ਮੈਨੂੰ ਉਮੀਦ ਹੈ ਕਿ ਮੈਨੂੰ ਇਹਦੇ ਨਾਲ IPS ਮਿਲ ਜਾਊਗਾ, ਅਤੇ ਮੈਂ ਬਸ ਇਹੀ ਕਹਿਣਾ ਚਾਹੂੰਗਾ ਬਹੁਤ ਖੁਸ਼ੀ ਹੈ, ਅਤੇ ਮੇਰੇ ਤੋਂ ਜ਼ਿਆਦਾ ਖੁਸ਼ੀ ਮੇਰੇ ਮੰਮੀ ਪਾਪਾ ਨੂੰ ਹੈ। ਅਤੇ ਮੈਂ ਤਾਂ ਜਿੰਨੀ ਮਿਹਨਤ ਕੀਤੀ ਹੈਗੀ, ਪਰ ਮੇਰੇ ਮੰਮੀ ਪਾਪਾ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ। ਐਗਜ਼ਾਮ ਬਹੁਤ ਜ਼ਿਆਦਾ ਅਨਸਰਟਨ ਹੈ ਤਾਂ ਬਹੁਤ ਜ਼ਿਆਦਾ ਮੂਡਸ ਵਿੱਚ ਅਪਸ ਐਂਡ ਡਾਊਨ ਆਉਂਦੇ ਹੈ। ਕਿਸੇ ਦਿਨ ਪੜ੍ਹਨ ਦਾ ਮਨ ਨਹੀਂ ਕਰਦਾ, ਖੁਸ਼ੀ ਵੀ ਹੁੰਦੀ ਹੈ, ਰੋਣਾ ਵੀ ਆਉਂਦਾ ਹੈ। ਤਾਂ ਪੇਰੈਂਟਸ ਨੇ ਪੂਰਾ ਸਪੋਰਟ ਕੀਤਾ ਹੈ, ਜਦੋਂ ਵੀ ਦੁਖੀ ਹੁੰਦੇ ਹਾਂ ਮੋਟੀਵੇਟ ਕਰਦੇ ਸੀਗੇ ਕਿ ਕੋਈ ਨਹੀਂ ਹੋ ਜਾਊਗਾ ਪੜ੍ਹ ਲਓ, ਅਤੇ ਜਦੋਂ ਵੀ ਖੁਸ਼ੀ ਹੁੰਦੇ ਸੀ ਮਤਲਬ ਆਪਦੀਆਂ ਖੁਸ਼ੀਆਂ ਸਾਰੀਆਂ ਇਹਨਾਂ ਨੇ ਛੱਡ ਛੁੱਟ ਕੇ ਸਾਰਾ ਧਿਆਨ ਮੇਰੀ ਪੜ੍ਹਾਈ 'ਤੇ ਦਿੱਤਾ ਹੈਗਾ। ਸਰ ਸਟੱਡੀ ਨੂੰ ਜਿਵੇਂ ਜਦੋਂ ਐਗਜ਼ਾਮ ਨੇੜੇ ਆ ਜਾਂਦਾ ਸੀ ਉਹ ਤਾਂ ਫਿਰ ਪੂਰਾ ਟਾਈਮ ਹੀ ਪੜ੍ਹਨਾ ਪੈਂਦਾ ਸੀ, ਉਦੋਂ ਪਹਿਲਾਂ ਥੋੜ੍ਹਾ ਘੱਟ 6-7-8 ਘੰਟੇ। ਸਰ ਸੋਸ਼ਲ ਮੀਡੀਆ 'ਚ ਕਾਫੀ ਯੂਜ਼ਫੁਲ ਚੀਜ਼ਾਂ ਵੀ ਆਉਂਦੀਆਂ ਹੈਗੀਆਂ, ਜਿਵੇਂ ਕਿ ਕੁਛ ਮਟੀਰੀਅਲ ਵਗੈਰਾ ਮਿਲ ਜਾਂਦਾ, ਕੁਛ ਨਵੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ, ਤਾਂ ਉਹਨਾਂ ਵਾਸਤੇ ਮੈਂ ਯੂਜ਼ ਕਰਦਾ ਸੀਗਾ। ਉਸ ਤੋਂ ਇਲਾਵਾ ਬਹੁਤ ਲਿਮਿਟਡ ਯੂਜ਼ ਰੱਖਿਆ ਕਿਉਂਕਿ ਇਹਦਾ ਮਿਸਯੂਜ਼ ਵੀ ਬਹੁਤ ਜ਼ਿਆਦਾ ਹੋ ਜਾਂਦਾ, ਟਾਈਮ ਵੇਸਟ ਬਹੁਤ ਹੁੰਦਾ ਇਹਦੇ ਨਾਲ, ਇਸ ਕਰਕੇ ਬਹੁਤ ਲਿਮਿਟਡ ਯੂਜ਼ ਰੱਖਦਾ ਸੀ ਸਰ। ਸਰ ਮੈਨੂੰ ਡਾਂਸ ਕਰਨਾ ਪਸੰਦ ਸੀ, ਚੈਸ ਖੇਡਣਾ ਪਸੰਦ ਹੈ, ਫੁੱਟਬਾਲ ਪਸੰਦ ਹੈ ਖੇਡਣਾ। ਜਿਹੜੀ ਸੀਟ ਤੁਹਾਨੂੰ ਮਿਲ ਰਹੀ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ, ਬੜੇ ਲੋਕਾਂ ਦੀ ਆਸਾਂ ਵੀ ਦੇਣੀ ਹੈ, ਤੁਹਾਡੇ ਕੋਲ ਪਹੁੰਚ ਕੀ ਪ੍ਰਾਇਓਰਟੀ ਸਰ? ਜਿਹੜੀ ਪੋਜੀਸ਼ਨ 'ਤੇ ਅਸੀਂ ਜਾ ਰਹੇ ਹਾਂ ਐਗਜੈਕਟ ਪਾਵਰ ਅਤੇ ਰਿਸਪੋਂਸੀਬਿਲਿਟੀ ਸਾਨੂੰ ਹਜੇ ਟ੍ਰੇਨਿੰਗ 'ਚ ਜਾ ਕੇ ਇਸ ਤਰ੍ਹਾਂ ਪਤਾ ਲੱਗੀ, ਹਜੇ ਮੈਨੂੰ ਸਿਰਫ ਸਰਫੇਸ ਲੈਵਲ 'ਤੇ ਪਤਾ ਹੈ। ਤਾਂ ਬਰੋਡਲੀ ਮੈਂ ਇਹ ਕਹੂੰਗਾ ਕਿ ਜੋ ਵੀ ਲੋਕ ਆਉਂਦੇ ਆ ਪੁਲਿਸ ਕੋਲ ਉਹ ਐਜ਼ ਅ ਲਾਸਟ ਰਿਜ਼ੋਰਟ ਆਉਂਦੇ ਆ, ਕਿਉਂਕਿ ਉਹਨਾਂ ਕੋਲ ਹੋਰ ਕਿਤੇ ਕੋਈ ਚਾਰਾ ਵੱਜਦਾ ਨਹੀਂ। ਤਾਂ ਇਹੀ ਕੋਸ਼ਿਸ਼ ਰਹੂਗੀ ਕਿ ਉਹਨਾਂ ਦੀ ਪੂਰੀ ਸੁਣਵਾਈ ਹੋਵੇ, ਉਹਨਾਂ ਦੀ ਜਿਹੜੀ ਵੀ ਨੀਡਸ ਹੈ ਉਹ ਐਡਰੈਸ ਹੋਣ, ਉਹਨਾਂ ਨੂੰ ਅਗਰ ਕੁਛ ਉਹਨਾਂ ਨਾਲ ਕ੍ਰਾਈਮ ਹੋਇਆ ਤਾਂ ਜਸਟਿਸ ਮਿਲੇ ਉਹਨਾਂ ਨੂੰ, ਅਤੇ ਇਹੀ ਸਭ ਹੋਊਗਾ ਸਰ। ਮੇਰਾ ਨਾਮ ਕੰਚਨ ਹੈ, ਬਹੁਤ ਖੁਸ਼ੀ ਹੋ ਰਹੀ ਹੈ ਜੀ ਸਿਲੈਕਟ ਹੋਇਆ ਤਾਂ, ਬਹੁਤ ਜ਼ਿਆਦਾ ਖੁਸ਼ੀ ਹੈ। ਹਾਂਜੀ ਇਹ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਸੀਗਾ। ਹਾਂਜੀ ਸਪੋਰਟ ਤਾਂ ਕੀਤੀ ਹੈ ਆਪਣੇ, ਜਾਣੀ ਤਾਂ ਜਿੰਨੀ ਹੋ ਸਕਦੀ ਸੀ ਕੀਤੀ ਹੈ, ਅਤੇ ਇਹਨੇ ਵੀ ਬਹੁਤ ਮਿਹਨਤ ਕੀਤੀ ਹੈ, ਜ਼ਿਆਦਾ ਤਾਂ ਇਹਦੀ ਮਿਹਨਤ ਹੀ ਲੰਘ ਜਾਈ ਹੈ। ਹਾਂਜੀ ਹਾਂਜੀ ਬਿਲਕੁਲ ਪਹਿਲਾ ਬੱਚਾ ਹੈ, ਹਾਂਜੀ ਆਰੇ ਮਾਡਲ ਸਕੂਲ 'ਚੋਂ ਇਹ ਪਹਿਲਾ ਬੱਚਾ ਹੈ। ਹਾਂਜੀ ਪਿਛਲੇ ਸਾਲ ਜਦ IRS ਬਣਿਆ ਸੀ ਉਦੋਂ ਬਹੁਤ ਖੁਸ਼ੀ ਹੋਈ ਸੀ, ਅਤੇ ਹੁਣ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੋ ਗਈ। ਬਹੁਤ ਫੋਨ ਆਏ ਉਹਦੀ, ਮਹੀਨਾ ਹੋ ਗਿਆ ਫੋਨ ਹੀ ਆ ਰਹੇ ਹੈ। ਹਾਂਜੀ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਨੂੰ। ਹਾਂਜੀ ਬੱਚੇ ਨੇ ਨਾਂ ਰੋਸ਼ਨ ਕੀਤਾ ਜੀ, ਬਹੁਤ ਖੁਸ਼ੀ ਹੋ ਰਹੀ ਹੈ। ਇਹ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਪਹਿਲਾਂ ਇਸ ਲੈਵਲ 'ਤੇ ਹੈ ਨਹੀਂ ਸੀ, ਇਹਨੂੰ ਇਹੀ ਸ਼ੁਰੂ ਤੋਂ ਸਮਝਾਇਆ ਜਾਂਦਾ ਸੀ ਵੀ ਆਪਣਾ ਨਾਮ ਰੋਸ਼ਨ ਕਰਨਾ ਪਰਿਵਾਰ ਦਾ, ਜੇ ਮਰਜ਼ੀ ਕਰ ਔਖਾ ਸੌਖਾ ਜੋ ਮਰਜ਼ੀ ਕਰ, ਇਹਨੇ ਨੇ ਸਾਡਾ ਨਾਮ ਰੋਸ਼ਨ ਕੀਤਾ ਪੂਰਾ। ਹਾਂ ਇਹ ਬਚਪਨ ਤੋਂ ਸ਼ੁਰੂ ਤੋਂ ਹੀ ਇਹ ਹੁਸ਼ਿਆਰ ਸੀ, ਸ਼ੁਰੂ ਤੋਂ ਹੀ ਇਹ ਹਾਈ ਲੈਵਲ 'ਤੇ ਆਉਂਦਾ ਰਿਹਾ, ਆਪਣੇ ਸਕੂਲ ਦੇ ਵਿੱਚੋਂ ਫਸਟ ਆਉਂਦਾ ਰਿਹਾ। ਅੱਜ ਬਹੁਤ ਫਖਰ ਮਹਿਸੂਸ ਹੋ ਰਿਹਾ ਇਹ ਬੱਚਾ ਸਾਡੇ ਖਾਨਦਾਨ ਦਾ ਨਾਮ ਰੋਸ਼ਨ ਕੀਤਾ ਇਹਨੇ।